ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਜਵਾਈ ਨੂੰ ਹੀ ਉਸ ਦੀ ਸੱਸ ਲੈ ਕੇ ਫਰਾਰ ਹੋ ਗਈ, ਮਤਲਬ ਆਪਣੀ ਧੀ ਦਾ ਵਿਆਹ ਉਸਨੇ ਕੀਤਾ ਹੋਇਆ ਸੀ ਔਰ ਪਤਾ ਨਹੀਂ ਉਹਨਾਂ ਦੋਹਾਂ ਦੇ ਆਪਸ ਵਿੱਚ ਹੀ ਕਿਸ ਤਰ੍ਹਾਂ ਰਿਲੇਸ਼ਨ ਬਣ ਗਏ ਕਿ ਜਵਾਈ ਸੱਸ ਨੂੰ ਵਧੀਆ ਲੱਗਣ ਲੱਗਾ ਔਰ ਉਸਨੇ ਇਹ ਨਹੀਂ ਵੇਖਿਆ ਕਿ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ, ਉਹ ਜਵਾਈ ਨੂੰ ਲੈ ਕੇ ਹੀ ਸੱਸ ਫਰਾਰ ਹੋ ਗਈ ਹੈ। ਪਹਿਲਾਂ ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ। ਕਿਉਂ, ਕਿਆ ਨਾਮ ਹੈ ਤੁਹਾਰਾ? ਵਿਜੇ ਕੁਮਾਰ। ਤੁਮ ਸੌ ਨੰਬਰ ਫੋਨ ਕੀ ਇੱਥੇ? ਜੀ ਵਿਜੇ ਕੁਮਾਰ ਨਾਮ ਹੈ? ਜੀ। ਤੁਹਾਡੇ ਪਿਤਾ ਜੀ ਕਿਆ ਨਾਮ ਹੈ? ਨਨਕੂ ਬਾਬਾ। ਨਨਕੂ ਬਾਬਾ, ਕੌਣ ਗਾਉਂ ਘਰ ਹੈ? ਭੇਗਪੁਰ। ਭੇਗਪੁਰ, ਥਾਣਾ ਕੌਣ ਸਾ ਲੱਗਤਾ ਹੈ? ਥਾਣਾ ਤੋਂ ਭਿੰਗਾ ਲੱਗਤਾ। ਥਾਣਾ ਭਿੰਗਾ ਲੱਗਤਾ। ਜ਼ਿਲ੍ਹਾ? ਜ਼ਿਲ੍ਹਾ ਸਰਾਵਸਤੀ। ਸਰਾਵਸਤੀ, ਕਾਹੇ ਕੇ ਲੀਏ ਤੁਹਾਨੂੰ ਨੰਬਰ ਫੋਨ ਕੀ ਇੱਥੇ? ਯਹਾਂ ਭੇਗਪੁਰ ਕੇ ਲੀਏ। ਭੇਗਪੁਰ ਕੇ ਲੀਏ, ਕਾਹੇ ਕੇ ਲੀਏ ਕੀ ਇੱਥੇ? ਕਿਸ ਬਾਤ ਕੇ ਲੀਏ? ਝਗੜੇ ਕੇ ਲੀਏ। ਓਕੇ, ਕਾਹੇ ਝਗੜਾ ਹੋ ਰਹਾ ਥਾ, ਕਿਸ ਬਾਤ ਕੋ ਲੇਕਰ? ਭਾਈ ਔਰ ਬਾਪ ਝਗੜਾ ਕਰ ਰਹੇ ਥੇ। ਕਾਹੇ ਕੇ ਲੀਏ? ਲੀਏ ਔਰਤ ਕੇ ਲੀਏ ਕਰ ਰਹੇ ਥੇ। ਔਰਤ ਕੇ ਲੀਏ, ਕੌਨ ਸੀ ਔਰਤ, ਕਾਹੇ ਕੇ ਲੀਏ ਕਰ ਰਹੇ ਥੇ? ਸਾਸ ਕੋ ਭਗਾ ਲਾਇਆ ਥਾ ਇਸਕੇ ਲੀਏ। ਅਰੇ, ਸਾਸ ਕੋ ਭਗਾ ਲੈ ਆਏ ਥੇ? ਕਿਸ ਕੀ ਸਾਸ ਭਗਾ ਲੈ ਆਏ ਥੇ? ਭਾਈ ਕੀ। ਭਾਈ ਸਾਸ ਕੋ ਭਗਾ ਲਾਏ ਥੇ? ਜੀ। ਤੁਹਾਰੀ ਕਿਆ ਲਗਤੀ ਹੈ? ਸਾਸ ਲਗਤੀ ਹੈ। ਤੁਹਾਰੀ ਸਾਸ ਲਗਤੀ ਹੈ? ਜੀ। ਆਪਣੇ ਸਾਸ ਕੋ ਭਗਾ ਲੈ ਆਏ? ਜੀ। ਹੈਂ? ਜੀ ਸਰ। इसीलिए वो तुम्हारे पिताजी और तुम्हारा भाई घर में नहीं रहने दे रहे हैं? जी। यही कारण है? जी। यही है तुम्हारी, ये सास तुम्हारी यही है? जी। इधर आओ, कहाँ छिप रही है? क्यों क्यों इसके साथ चले आई? दामाद के साथ क्यों चली आई? इसी पर रहोगी? हाँ, और तुम्हारी लड़की भी यहीं रहेगी? बोलो, तुम्हारी लड़की भी तो यहीं रहेगी? कहाँ नहीं बता पाओगी? तुम अपने बिटिया की, अब इसके बड़े भाई से शादी की हो तो कहाँ जाएगी? घर वाले भेजेंगे तो तुम क्या बनोगी? देवरान बनोगी, जठान बनोगी उसकी? क्यों, वो तुम्हारा बड़ा भाई है जिसे शादी किए हो? बोलो, तुम्हारा बड़ा भाई है? तब तो तुम्हारी वो जठान रहेगी, तुम्हारी बिटिया है, तुम्हारी जठान रहेगी ना? बड़ा बढ़िया कर्म की हो तुम भाई है? क्यों भाई? क्या नाम है आपका? ननकूर ठाकुर साहब। ठाकुर साहब, ये आपके सपुत्र हैं? हाँ, सपुत्र। क्या करके ले आए हैं? कहाँ से ले आए हैं? मलखनवा से। मलखनवा से ना, अच्छा। तो क्या कर रहे हैं कि घर में नहीं रहने देंगे? नहीं साहब, न रह जाएगा। हैं? न रह जाएगा। कितने टाइम कहाँ जाएंगे सब? अब इतने टाइम आप कहाँ जाए, रुके इतने टाइम रुके ना? हाँ। ठीक है, अपने इतने टाइम रुकिए, सवेरे अपना चौकी पे या थाने पे चले जाइएगा। ठीक है? ठीक। क्यों, दोनों लोग अपना इतने टाइम रहो घर पर और किसी प्रकार का झगड़ा लड़ाई मत करना, समझ गए? अपना सवेरे जैसा जी भी होगी, अपना चौकी या थाने पे ना दोनों लोग अपना चले जाइएगा। ठीक है? ਘੋਰ ਕਲਯੁਗ ਆ ਚੁੱਕਾ ਹੈ ਦੋਸਤੋ, ਔਰ ਕਦੋਂ ਰਿਲੇਸ਼ਨ ਬਣ ਜਾਂਦੇ ਨੇ ਔਰ ਰਿਲੇਸ਼ਨ ਜਦੋਂ ਬਣਦੇ ਨੇ ਕੋਈ ਉਮਰ ਨਹੀਂ ਵੇਖਦੇ, ਕੋਈ ਰਿਸ਼ਤਾ ਨਹੀਂ ਵੇਖਦੇ, ਕੁਛ ਨਹੀਂ ਵੇਖਦੇ, ਬਸ ਉਹਨਾਂ ਨੂੰ ਸਿਰਫ ਤਾਂ ਸਿਰਫ ਹਵਸ ਨਜ਼ਰ ਆਉਂਦੀ ਹੈ ਔਰ ਜਦੋਂ ਇਹ ਲੋਕ ਪਕੜੇ ਜਾਂਦੇ ਨੇ ਫਿਰ ਇਹਨਾਂ ਦੀ ਬਾਕੀ ਦੀ ਜਿਹੜੀ ਜ਼ਿੰਦਗੀ ਆ ਉਹ ਸਲਾਖਾਂ ਦੇ ਪਿੱਛੇ ਕੱਟਦੀ ਹੈ ਔਰ ਵੱਡੀ ਗੱਲ ਇਹ ਹੈ ਕਿ ਸਾਡਾ ਕਾਨੂੰਨ ਇੰਨਾ ਰਿਸਪੈਕਟਡ ਕਾਨੂੰਨ ਹੈ, ਉਹ ਜਦੋਂ ਉਹਨਾਂ ਦੇ ਕੋਲ ਅਜਿਹੀ ਕੋਈ ਖਬਰ ਆਉਂਦੀ ਹੈ ਉਸ ਦੀ ਤਹਿ ਤੱਕ ਜਾਣਕਾਰੀ ਪ੍ਰਾਪਤ ਕਰਦੇ ਨੇ ਔਰ ਫਿਰ ਹੀ ਉਹਨਾਂ ਦੋਸ਼ੀਆਂ ਦੇ ਖਿਲਾਫ ਕਰਦੇ ਨੇ ਕਾਨੂੰਨੀ ਕਾਰਵਾਈ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ,
ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।